29 मई नूं गुप्ता जिहड़ा आ उह बंदे लभणे शुरू करदा ते 9 जून नूं जिहड़ा आ $15,000 जिहड़ा आ उह बंदा लभण तों बाद उहनूं कैश दित्ता जांदा आ इह असैसीनेशन करन वास्ते। 18 जून नूं भाई हरदीप सिंह निज्जर दा जिहड़ा आ कतल हुंदा आ, उहनां दी शहीदी हुंदी आ। भी उदों तक जिहड़ा उह हैंडलर आ उह उस दे राहीं जिहड़ी सारी इनफॉर्मेशन आ उह US दी एजेंसीज नूं मतलब पता सी। जिहड़ा इंपलॉई आ वह यह गल स्पष्ट आया इन्वेस्टिगेशन दे विच कि वह इंडिया की CRPF जिहड़ी आ उहदा मतलब इंपलॉई आ ते जिहड़ा हायर ऑफिशियल आ एक जे उहनू ऑर्डर उह तों भी पहला मतलब जिहड़ियां प्लैनिंग्स ने जिहड़ियां सिख असैसीनेशन दियां उह लगभग असीं कह सकदे हां कि इह तों काफ़ी लंबा समा पहलां तों प्लैन हो रही सी। कैनेडा दियां जिहड़ियां एजेंसी सी उन्हां नूं भी इस गल दा पता सी कि हरदीप सिंह निज्जर जिहड़ा आ उह टारगेट, पर जिहड़ी कैनेडा दियां एजेंसीज ने उह फेल हुईआं, जिस दे चलदिआं हरदीप सिंह निज्जर दी जिहड़ी असैसीनेशन आ उह जिहड़े जिहड़ा उहनां दा प्लैन सी उहदे विच उह कामयाब हो सके। US ਇਹ ਕੋਸ਼ਿਸ਼ ਕਰਦਾ ਰਿਹਾ ਕਿ ਸਾਨੂੰ ਤੁਹਾਡੀ ਇਸ ਹਰਕਤ ਦਾ ਪਤਾ ਲੱਗ ਗਿਆ ਅਤੇ ਹੁਣ ਆਪਣੇ ਇਸ ਪਲੈਨ ਨੂੰ ਸਮੇਟੋ ਅਤੇ ਕੋਈ ਇਹੋ ਜਿਹੀ ਹਰਕਤ ਨੂੰ ਅੰਜਾਮ ਨਾ ਦਿਓ। ਇਹਦੀ ਜਿਹੜੀ ਪੋਲੀਟੀਕਲ ਰਮਜ਼ ਆ ਸਾਰੇ ਮਾਮਲੇ ਦੀ ਕਿ ਬੰਦੇ ਮਾਰੇ ਕਿਉਂ ਜਾ ਰਹੇ ਆ ਜੀ, ਮਾਰੇ ਇਸ ਕਰਕੇ ਜਾ ਰਹੇ ਆ ਕਿਉਂਕਿ ਉਹ ਕਿਸੇ ਪਰਸਨੈਲਿਟੀ ਕਿਸੇ ਇੰਡੀਵਿਜੁਅਲ ਦੇ ਖਿਲਾਫ ਆਵਾਜ਼ ਨਹੀਂ ਚੁੱਕ ਰਹੇ, ਉਹਨਾਂ ਦਾ ਡਾਈਸੈਂਟ ਜਾਂ ਉਹਨਾਂ ਦਾ ਪੋਲੀਟੀਕਲ ਓਪੋਜੀਸ਼ਨ ਜਿਹੜੀ ਆ ਉਹ ਕੋਈ ਇੰਡੀਵਿਜੁਅਲ ਨਹੀਂ ਆ, ਉਹਨਾਂ ਦੀ ਪੋਲੀਟੀਕਲ ਓਪੋਜੀਸ਼ਨ ਜਿਹੜੀ ਆ ਉਹ ਇੱਕ ਸਟੇਟ ਆ, एक बड़ा वड्डा एक स्ट्रोंग केस आ जिथे इंडिया नूं उहना इंस्टीट्यूशनस दे विच कटहरे खड़ा किया जाना चाहिए ते नाल उह सारा केस खोलिया जाना चाहिए जिहड़ी अज तक सिखां दे नाल एज ए एक नेशन इंडिया दे विच जो जबर होया जुल्म होया क्योंकि उहदी कंटीन्यूटी आ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਅਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨੌਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ 'ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਦ ਫੋਲਟ ਲਾਈਨਜ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਰਸ, ਅੱਜ ਮੈਂ ਬਿਗਨਿੰਗ ਦੇ ਵਿੱਚ ਹੀ ਦੱਸ ਦਿਆਂ ਕਿ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਅੱਜ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਹ ਨਹੀਂ ਕਰ ਪਾਉਣਗੇ ਅਤੇ ਉਹਨਾਂ ਦੀ ਥਾਂ 'ਤੇ ਅੱਜ ਇਸ ਸੈਗਮੈਂਟ ਦੇ ਵਿੱਚ ਜਾਂ ਇਸ ਟਾਈਮ ਸਲੋਟ ਦੇ ਵਿੱਚ ਅਸੀਂ ਮੈਂ ਅਤੇ ਮੇਰੇ ਨਾਲ ਜਿਹੜੇ ਸਾਡੇ TV84 ਦੇ ਕੋਰਸਪੋਂਡੈਂਟ ਨੇ ਟੋਰੋਂਟੋ ਕੈਨੇਡਾ ਦੇ ਵਿੱਚੋਂ ਸੁਖਵਿੰਦਰ ਸਿੰਘ ਅਸੀਂ ਅੱਜ ਦ ਫੋਲਟ ਲਾਈਨਜ਼ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਉਮੀਦ ਕਰਦੇ ਹਾਂ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋਗੇ ਅਤੇ TV84 ਦਾ ਸਾਥ ਦਿੰਦੇ ਰਹੋਗੇ। ਸੋ ਗੱਲਬਾਤ ਕਰਦੇ ਹਾਂ ਅੱਜ ਦੇ ਜਿਹੜੀਆਂ ਅੱਜ ਦੀਆਂ ਅਹਿਮ ਖਬਰਾਂ ਹੈਗੀਆਂ ਨੇ। ਓਬਵੀਅਸਲੀ ਜਦੋਂ ਅਸੀਂ ਪਿਛਲੇ 24 ਘੰਟੇ ਦੀਆਂ ਜਾਂ 48 ਘੰਟੇ ਦੀਆਂ ਡਿਵੈਲਪਮੈਂਟਸ ਦੇਖ ਰਹੇ ਹਾਂ ਅਤੇ ਉਹਦੇ ਵਿੱਚ ਸਿੱਖ ਸਫਾਂ ਦੇ ਵਿੱਚ ਵੀ ਅਤੇ ਅਦਰਵਾਈਜ਼ ਵੀ ਇੰਟਰਨੈਸ਼ਨਲੀ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਕਤਲ ਸੀ ਜਾਂ ਹੁਣ ਜਦੋਂ ਗੁਰਪਤਵੰਤ ਸਿੰਘ ਪੰਨੂ 'ਤੇ ਜਿਹੜਾ ਅਸਾਸੀਨੇਸ਼ਨ ਪਲੋਟ ਸੀਗਾ ਇਹਦੀ ਜਿਹੜੀ ਇੰਡਾਈਟਮੈਂਟ ਅਮਰੀਕਾ ਦੀ ਨਿਊਯਾਰਕ ਦੀ ਕੋਰਟ ਦੇ ਵਿੱਚ ਜਿਹੜੀ ਅਨਸੀਲ ਹੋਈ ਹੈ ਉਹਦੀਆਂ ਜਦੋਂ ਡਿਟੇਲਸ ਬਾਹਰ ਆਈਆਂ ਨੇ ਅਤੇ ਦੁਬਾਰਾ ਫਿਰ ਇਹ ਸਾਰਾ ਜਿਹੜਾ ਇਸ਼ੂ ਹੈ ਉਹ ਫਰੰਟ ਬਰਨਰ ਦੇ ਉੱਤੇ ਚੱਲ ਰਿਹਾ ਅਤੇ ਨਾਲ ਹੀ ਨਾਲ ਹੁਣ ਇਹਦੀਆਂ ਜਿਹੜੀਆਂ ਡਿਟੇਲਸ ਨੇ ਉਹਦੇ ਵੱਖ ਵੱਖ ਪਹਿਲੂਆਂ ਦੇ ਉੱਤੇ ਗੱਲ ਹੋ ਰਹੀ ਆ। ਨਿਖਿਲ ਗੁਪਤਾ ਜਿਹਨੂੰ ਇੰਡੀਆ ਦੇ ਵਿੱਚੋਂ ਡਾਇਰੈਕਟ ਕੀਤਾ ਗਿਆ ਸੀ ਅਤੇ ਕਿਵੇਂ ਉਹਨੇ ਇੱਕ ਹਿਟਮੈਨ ਹਾਇਰ ਕਰਕੇ ਅੱਗੇ ਇਹ ਸਾਰੇ ਅਸੈਸੀਨੇਸ਼ਨ ਅਟੈਂਪਟ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਕਿਵੇਂ ਫਿਰ ਉਹ ਅੱਗੇ ਅਮਰੀਕਾ ਦੀਆਂ ਏਜੰਸੀਆਂ ਦੇ ਨਾਲ ਉਹਨਾਂ ਦਾ ਹੀ ਇਨਫੋਰਮਰ ਸੀ, ਇਹ ਸਾਰੀਆਂ ਡਿਟੇਲ ਸਾਡੇ ਸਾਹਮਣੇ ਨੇ। ਇਹਦੇ ਵੱਖ ਵੱਖ ਪਹਿਲੂਆਂ ਦੇ ਉੱਤੇ ਅੱਜ ਨੈਸ਼ਨਲ ਮੀਡੀਆ ਦੇ ਵਿੱਚ ਅਮਰੀਕਾ ਦੇ ਵਿੱਚ ਜਾਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਹੈ। ਭਾਰਤ ਦਾ ਜਿਹੜਾ ਮੀਡੀਆ ਆ ਉਹਦੇ ਵਿੱਚ ਵੀ ਵੱਖ ਵੱਖ ਪਹਿਲੂਆਂ 'ਤੇ ਇਹਦੇ 'ਤੇ ਗੱਲਬਾਤ ਹੋ ਰਹੀ ਹੈ। ਸੋ ਇੱਕ ਅਹਿਮ ਪਹਿਲੂ ਜਿਹੜਾ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਵਿਚਾਰਨ ਜਾ ਰਹੇ ਹਾਂ ਉਹ ਟਾਈਮਲਾਈਨ ਦੇ ਹਵਾਲੇ ਨਾਲ ਆਉਂਦਾ ਕਿ ਇਹ ਗੱਲ ਹੁਣ ਸਿੱਧੀ ਸਪਸ਼ਟ ਹੋ ਚੁੱਕੀ ਹੈ ਕਿ ਮਈ ਦੇ ਵਿੱਚ ਹੀ ਇਹ ਸਾਰੇ ਪਾਰਟ ਨੂੰ ਅੰਜਾਮ ਦੇਣ ਦੇ ਲਈ ਜਿਹੜੇ ਅਮਲ ਨੇ ਉਹ ਸ਼ੁਰੂ ਕਰ ਦਿੱਤੇ ਗਏ ਸੀ। ਸੋ ਮਈ ਦੇ ਵਿੱਚੋਂ ਜਦੋਂ ਅਸੀਂ ਜੂਨ ਤੱਕ ਪਹੁੰਚਦੇ ਹਾਂ, ਜੂਨ 18 ਤੱਕ, ਤਾਂ ਇਹ ਗੱਲ ਇਸ ਵਕਤ ਸਾਹਮਣੇ ਆ ਰਹੀ ਹੈ ਕਿ ਹਾਲਾਂਕਿ ਪਹਿਲਾਂ ਵੀ ਮੀਟਿੰਗ ਦੇ ਵਿੱਚ 5 Eyes Nations ਦੀ ਇੱਕ ਜਦੋਂ ਪਹਿਲੀ ਰਿਪੋਰਟ ਆਈ ਸੀਗੀ ਉਦੋਂ ਇਹ ਗੱਲ ਜ਼ਾਹਰ ਹੋਈ ਸੀ ਕਿ ਜਿਹੜਾ ਟਿਪ ਆਫ ਸੀ ਉਹ ਅਮਰੀਕਾ ਵੱਲੋਂ ਕੈਨੇਡਾ ਨੂੰ ਦਿੱਤਾ ਗਿਆ ਸੀ ਅਤੇ ਹੁਣ ਇਹ ਇੰਡਾਈਟਮੈਂਟ ਓਪਨ ਹੋਣ ਦੇ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਇਹੀ ਉਹ ਡਿਟੇਲਸ ਸੀ
ਜਿਹੜੀਆਂ ਅਮਰੀਕਾ ਨੇ ਪ੍ਰੋਵਾਈਡ ਕੀਤੀਆਂ ਸੀ ਕੈਨੇਡਾ ਨੂੰ, ਹਾਲਾਂਕਿ ਕੈਨੇਡਾ ਦੀ ਜਿਹੜੀ RCMP ਦੀ ਆਪਣੀ ਇਨਵੈਸਟੀਗੇਸ਼ਨ ਹੈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਉਹ ਇਸ ਵਕਤ ਚੱਲ ਰਹੀ ਹੈ, ਅਤੇ ਉਹਨਾਂ ਨੇ ਈਵਨ ਅਮਰੀਕਾ ਦੀ ਇਸ ਇੰਡਾਈਟਮੈਂਟ ਦੀਆਂ ਡੀਟੇਲਸ ਸਾਹਮਣੇ ਆਉਣ ਤੋਂ ਬਾਅਦ ਵੀ ਹਜੇ ਤੱਕ ਉਹਦੇ 'ਤੇ ਕੋਈ ਕਮੈਂਟ ਨਹੀਂ ਕੀਤਾ। ਹਾਲਾਂਕਿ ਜਸਟਿਨ ਟਰੂਡੋ ਨੇ ਇਹ ਗੱਲ ਦੁਬਾਰਾ ਕਹੀ ਹੈ ਕਿ ਅਸੀਂ ਜਿਹੜਾ ਭਾਰਤ ਕੋਲੋਂ ਮੰਗ ਕਰ ਰਹੇ ਸੀ, ਹੁਣ ਭਾਰਤ ਸਾਡੀ ਜਿਹੜਾ ਜੋ ਅਸੀਂ ਕਹਿ ਰਹੇ ਸੀ ਸਾਡੇ ਨਾਲ ਸਾਡਾ ਸਾਥ ਦੇਵੇ, ਅਤੇ ਇਸ ਇਨਵੈਸਟੀਗੇਸ਼ਨ ਦੀ ਅਸੀਂ ਜੜ੍ਹ ਤੱਕ ਪਹੁੰਚਣਾ ਚਾਹੁੰਦੇ ਹਾਂ। ਸੋ ਹੁਣ ਇੱਥੇ ਸਵਾਲ ਇਹ ਉੱਠਦਾ ਕਿ ਹਰਦੀਪ ਸਿੰਘ ਨਿੱਜਰ ਦਾ ਜਦੋਂ ਕਤਲ ਹੁੰਦਾ ਜੂਨ 18 ਨੂੰ, ਉਹਦੇ ਤੋਂ ਪਹਿਲਾਂ ਵੀ ਅਮਰੀਕਾ ਦੀਆਂ ਏਜੰਸੀਆਂ ਨੂੰ ਇਸ ਗੱਲ ਦਾ ਪਤਾ ਸੀ, ਇਸ ਗੱਲ ਦਾ ਇਲਮ ਸੀ ਕਿ ਕੀ ਚੱਲ ਰਿਹਾ ਆ, ਕੀ ਡੀਟੇਲਸ ਸੀ ਉਹ ਇਸ ਇੰਡਾਈਟਮੈਂਟ ਦੇ ਵਿੱਚ ਜੋ ਸਾਹਮਣੇ ਆਉਂਦੀਆਂ ਨੇ, ਅਤੇ ਇਸ ਵਾਰ ਬਹੁਤ ਅਸੀਂ ਗੱਲ ਕਰਨ ਜਾ ਰਹੇ ਹਾਂ। ਸੋ ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ ਦੇ ਇਸ ਪ੍ਰੋਗਰਾਮ ਦੀ, ਕਿਵੇਂ ਦੇਖ ਰਹੇ ਹੋ ਜਿਹੜੀਆਂ ਡੀਟੇਲਸ ਟਾਈਮਲਾਈਨ ਦੇ ਹਿਸਾਬ ਨਾਲ ਜਦੋਂ ਅਸੀਂ ਦੇਖਦੇ ਹਾਂ, ਅਤੇ ਇਹ ਗੱਲ ਇੱਕ ਸਵਾਲ ਉੱਠਦਾ ਹੈ ਕਿ ਕੀ ਅਮਰੀਕਾ ਨੂੰ ਪਹਿਲਾਂ ਹੀ ਇਸ ਮਾਮਲੇ ਦਾ ਪਤਾ ਸੀ, ਅਤੇ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਵੀ ਅਮਰੀਕਾ ਦੇ ਨਾਲ ਨਾਲ ਕੈਨੇਡਾ ਦੇ ਵਿੱਚ ਵੀ ਇਹਨਾਂ ਬੰਦਿਆਂ ਵੱਲੋਂ ਇੱਕ ਟਾਰਗੇਟ, ਦੋ ਟਾਰਗੇਟ ਜਿਹੜੇ ਹੈਗੇ ਆ ਉਹ ਆਲਰੇਡੀ ਸ਼ਾਰਟਲਿਸਟ ਕੀਤੇ ਗਏ ਆ, ਅਤੇ ਉਹ ਅਟੈਂਪਟ ਜਿਹੜੀ ਹੈ ਉਹ ਹੋਣ ਜਾ ਰਹੀ ਹੈ? ਹਾਂਜੀ ਬਿਲਕੁਲ ਅਮਰਵੀਰ ਸਿੰਘ ਜੀ, ਜਿਵੇਂ ਤੁਸੀਂ ਇਹ ਗੱਲ ਕੀਤੀ ਆ ਕਿ ਕਿਉਂਕਿ ਪਿਛਲੇ ਜਿਸ ਦਿਨ ਤੋਂ ਇਹ ਇੰਡਾਈਟਮੈਂਟ, ਜਿਹੜੀ ਇੰਡਾਈਟਮੈਂਟ ਆ ਇਹ ਪ੍ਰਜੈਂਟ ਹੋਈ ਆ ਕੋਰਟ ਦੇ ਵਿੱਚ, ਤਾਂ ਉਸ ਦਿਨ ਤੋਂ ਬਾਅਦ ਲਗਾਤਾਰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਲਕਿ ਫਾਈਨੈਂਸ਼ੀਅਲ ਟਾਈਮਸ ਦਾ ਇਹ ਕਹਿਣਾ ਕਿ ਉਹਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਖਬਰਾਂ ਦੇ ਵਿੱਚੋਂ ਜਿਹੜਾ ਇੱਕ ਖਬਰ ਆ ਉਹ ਇਹ ਮਸਲਾ ਆ ਜਿਹੜੀ ਸਾਰੀ ਦੁਨੀਆ ਦੇ ਵਿੱਚ ਪੜ੍ਹੀ ਗਈ ਆ। ਤੇ ਹੁਣ ਜਿਹੜਾ ਅੱਗੇ ਸਵਾਲ ਖੜਾ ਹੋ ਰਿਹਾ ਉਹ ਇਹ ਖੜਾ ਹੋ ਰਿਹਾ, ਸਿੱਖ ਸਫਾ ਦੇ ਵਿੱਚ ਵੀ ਜਿਹੜਾ ਵਿਚਾਰਿਆ ਜਾ ਰਿਹਾ ਕਿ ਇਹ ਸਾਰੀ ਰਿਪੋਰਟ ਤੋਂ ਇਹ ਖੁਲਾਸਾ ਹੋ ਜਾਂਦਾ ਆ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਪਹਿਲਾਂ ਜਿਹੜੀਆਂ US ਦੀਆਂ ਏਜੰਸੀ ਸੀ ਉਹਨਾਂ ਨੂੰ ਇਸ ਗੱਲ ਦਾ ਇਲਮ ਸੀ ਕਿ ਇੰਡੀਆ ਜਿਹੜਾ ਆ ਇਹ ਅਸੈਸੀਨੇਸ਼ਨ ਪਲੋਟ ਕਰ ਰਿਹਾ, ਪਲੈਨ ਕਰ ਰਿਹਾ US ਤੇ ਕੈਨੇਡਾ ਦੇ ਵਿੱਚ। ਮਤਲਬ ਜਿਹੜੀ ਗੁਪਤੇ ਦੀ ਜਿਹੜੀ ਗੱਲਬਾਤ ਆ, ਜਿਹੜਾ US ਦਾ ਇੱਕ ਅੰਡਰਕਵਰ ਏਜੰਟ ਸੀ ਜਿਹਨੂੰ ਉਹ ਹਾਇਰ ਕਰ ਰਿਹਾ ਸੀ ਐਜ਼ ਅ ਹਿੱਟਮੈਨ, ਉਹਦੇ ਨਾਲ ਜਿਹੜੀ ਸਾਰੀ ਗੱਲਬਾਤ ਹੁਣ ਜਦ ਤੱਕ ਹੋਈ ਆ ਉਹਦੇ ਵਿੱਚ ਇਹ ਸਪਸ਼ਟ ਆ ਕਿ ਉਹ ਦੱਸ ਰਿਹਾ ਕਿ ਸਾਡੇ ਜਿਹੜੇ ਟਾਰਗੇਟ ਨੇ ਇਹ US ਦੇ ਵਿੱਚ ਵੀ ਨੇ ਅਤੇ ਕੈਨੇਡਾ ਦੇ ਵਿੱਚ ਵੀ ਨੇ। ਅਤੇ ਅਸੀਂ ਜਿਹੜੀ ਨਿਊਯਾਰਕ ਟਾਈਮਸ ਦੀ ਰਿਪੋਰਟ ਆ, ਨਿਊਯਾਰਕ ਟਾਈਮਸ ਨੇ ਅੱਜ ਇੱਕ ਟਾਈਮਲਾਈਨ ਜਿਹੜੀ ਆ ਉਹ ਛਾਪੀ ਆ ਇਹਨਾਂ ਇਹ ਸਾਰੇ ਮਾਮਲੇ ਦੇ ਨਾਲ ਜੁੜਦੀ ਹੋਈ, ਤਾਂ ਉਹ ਟਾਈਮਲਾਈਨ ਦੇ ਵਿੱਚ 29 ਮਈ ਜਿਹੜੀ ਆ ਉਹਦੇ ਵਿੱਚ ਉਹ ਦੱਸ ਰਿਹਾ ਕਿ 29 ਮਈ ਨੂੰ ਜਿਹੜਾ ਗੁਪਤਾ ਆ ਉਹਨੇ ਯੂਨਾਈਟਿਡ ਸਟੇਟਸ ਦੇ ਵਿੱਚ ਜਿਹੜਾ ਹੈੱਡਮੈਨ ਆ ਉਹ ਲੱਭਣਾ ਸ਼ੁਰੂ ਕਰਤਾ। ਮਤਲਬ 29 ਮਈ ਤੋਂ ਪਹਿਲਾਂ ਜਿਹੜਾ ਇੰਡੀਆ ਦੇ ਵਿੱਚ ਉਹਦਾ ਹੈਂਡਲਰ ਸੀ, ਕਿਉਂਕਿ ਜਿਹੜੀ ਇੰਟੈਲੀਜੈਂਸ ਏਜੰਸੀਜ਼ ਹੁੰਦੀਆਂ ਨੇ ਜਿਹੜੇ ਉਹਦੇ ਅਫੀਸ਼ੀਅਲਸ ਹੁੰਦੇ ਨੇ ਉਹ ਹੈਂਡਲਰ ਹੁੰਦੇ ਨੇ, ਅਤੇ ਅੱਗੇ ਉਹ ਬੰਦਿਆਂ ਨੂੰ ਜਿਵੇਂ ਗੁਪਤੇ ਨੂੰ ਜਿਹੜਾ ਲਾਲਚ ਦਿੱਤਾ ਗਿਆ ਕਿ ਤੇਰੇ ਉੱਤੇ ਜਿਹੜੇ ਕੇਸ ਨੇ ਉਹ ਅਸੀਂ ਖਤਮ ਕਰ ਦਾਂਗੇ ਕਿਉਂਕਿ ਇੰਟਰਨੈਸ਼ਨਲ ਕ੍ਰਿਮੀਨਲ ਆ ਗੁਪਤਾ, ਅਤੇ ਉਹਨੂੰ ਅਲਾਈ ਬਣਾ ਲਿਆ ਉਹਦਾ ਹੈਂਡਲਰ ਸੀ ਜਿਹੜਾ ਉਹਨੇ ਪਹਿਲਾਂ ਹੀ ਜਿਹੜਾ ਆ ਇਹ ਕੰਮ ਗੁਪਤੇ ਨੂੰ ਦੇ ਦਿੱਤਾ ਹੋਇਆ ਸੀ ਵੀ 29 ਮਈ ਤੋਂ ਪਹਿਲਾਂ। ਤਾਂ ਜਿਹੜਾ ਹੈਂਡਲਰ ਆ ਹੁਣ ਹੈਂਡਲਰ ਵੀ ਪਹਿਲੀ ਪੌੜੀ ਨਹੀਂ, ਹੈਂਡਲਰ ਨੂੰ ਵੀ ਜਿਹੜੇ ਔਰਡਰਸ ਆਏ ਆ ਉਹ ਔਰਡਰਸ ਹੁਣ ਡਾਇਰੈਕਟ ਜਿਹੜੀ ਇੰਡੀਆ ਦੀ ਅਸੀਂ ਕਹਿ ਸਕਦੇ ਹਾਂ ਕਿ ਸੁਪਰੀਮ ਅਥੋਰਿਟੀ ਆ ਉੱਥੋਂ ਹੀ ਆਏ ਹੋਣਗੇ, ਕਿਉਂਕਿ ਉਹ ਜਿਹੜਾ ਇੰਪਲੋਈ ਆ ਉਹ ਇਹ ਗੱਲ ਸਪਸ਼ਟ ਆਇਆ ਇਨਵੈਸਟੀਗੇਸ਼ਨ ਦੇ ਵਿੱਚ ਕਿ ਉਹ ਇੰਡੀਆ ਦੀ CRPF ਜਿਹੜੀ ਆ ਉਹਦਾ ਮਤਲਬ ਇੰਪਲੋਈ ਆ ਅਤੇ ਜਿਹੜਾ ਹਾਇਰ ਅਫੀਸ਼ੀਅਲ ਆ ਇੱਕ, ਜੇ ਉਹਨੂੰ ਔਰਡਰ ਉਹ ਤੋਂ ਵੀ ਪਹਿਲਾਂ ਮਤਲਬ ਜਿਹੜੀਆਂ ਪਲੈਨਿੰਗਸ ਨੇ ਜਿਹੜੀਆਂ ਸਿੱਖ ਅਸੈਸੀਨੇਸ਼ਨਸ ਦੀਆਂ ਉਹ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਇਹ ਤੋਂ ਕਾਫੀ ਲੰਮਾ ਸਮਾਂ ਪਹਿਲਾਂ ਤੋਂ ਪਲੈਨ ਹੋ ਰਹੀਆਂ ਸੀ। ਅਤੇ ਜਿਹੜਾ ਇੱਕ ਇਹ ਕੇਸ ਆ ਇਹਦੇ ਵਿੱਚ 29 ਮਈ ਨੂੰ ਨਿਊਯਾਰਕ ਟਾਈਮਸ ਦੀ ਰਿਪੋਰਟ ਆ ਕਿ 29 ਮਈ ਨੂੰ ਗੁਪਤਾ ਜਿਹੜਾ ਆ ਉਹ ਬੰਦੇ ਲੱਭਣੇ ਸ਼ੁਰੂ ਕਰਦਾ, ਅਤੇ 9 ਜੂਨ ਨੂੰ ਜਿਹੜਾ ਆ $15,000 ਜਿਹੜਾ ਆ ਉਹ ਬੰਦਾ ਲੱਭਣ ਤੋਂ ਬਾਅਦ ਉਹਨੂੰ ਕੈਸ਼ ਦਿੱਤਾ ਜਾਂਦਾ ਆ ਇਹ ਅਸੈਸੀਨੇਸ਼ਨ ਕਰਨ ਵਾਸਤੇ ਜੀ। ਹੁਣ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਆ ਕਤਲ ਹੁੰਦਾ ਆ, ਉਹਨਾਂ ਦੀ ਸ਼ਹੀਦੀ ਹੁੰਦੀ ਆ, ਵੀ ਉਦੋਂ ਤੱਕ ਜਿਹੜਾ ਉਹ ਹੈਂਡਲਰ ਆ ਉਹ ਉਸ ਦੇ ਰਾਹੀਂ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹ US ਦੀਆਂ ਏਜੰਸੀਜ਼ ਨੂੰ ਮਤਲਬ ਪਤਾ ਸੀ। ਹੁਣ US ਦੀਆਂ ਏਜੰਸੀਜ਼ ਜਿਹੜੀਆਂ ਨੇ ਅਤੇ ਕੈਨੇਡਾ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੇ ਬੜੇ ਕਲੋਜ਼ਡ ਅਤੇ ਬੜੇ ਨਿੱਘੇ ਰਿਲੇਸ਼ਨ ਨੇ, ਹਰ ਇੱਕ ਜਿਹੜੀ ਇਨਫੋਰਮੇਸ਼ਨ ਆ ਉਹ ਆਪਸ ਦੇ ਵਿੱਚ ਸ਼ੇਅਰ ਹੁੰਦੀ ਆ, ਖਾਸ ਤੌਰ 'ਤੇ ਜੇ ਨੈਸ਼ਨਲ ਸਿਕਿਉਰਿਟੀ ਦੇ ਮਸਲਿਆਂ ਨਾਲ ਜੁੜੀ ਕੋਈ ਗੱਲ ਹੋਵੇ। ਅਤੇ
ਜਦੋਂ ਕੈਨੇਡਾ ਦੀ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਹੋਣ ਦੇ ਜਿਹੜੇ ਸਬੂਤ ਸੀ ਜਾਂ ਜਿਹੜੀ ਇਨਫੋਰਮੇਸ਼ਨ ਸੀ ਉਹ ਮਿਲ ਚੁੱਕੀ ਸੀ, ਤਾਂ ਉਸ ਤੋਂ ਬਾਅਦ ਇਹ ਗੱਲ ਬੜੀ ਅਹਿਮ ਹੋ ਜਾਂਦੀ ਆ ਕਿ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਆ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੀ ਉਹਨਾਂ ਦੀ ਮਿਲਾਂ ਦਾ ਸ਼ਾਇਦ ਉਸੇ ਦਿਨ ਦੀ ਸਪੀਚ ਸੀ ਗੁਰਦੁਆਰਾ ਸਾਹਿਬ ਦੀ, ਜਿਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਆ ਕਿ ਮੈਨੂੰ ਜਿਹੜੀ ਇੱਥੋਂ ਦੀ ਇੰਟੈਲੀਜੈਂਸ ਏਜੰਸੀ ਆ, ਸਿਕਿਉਰਿਟੀ ਏਜੰਸੀ ਆ, ਉਹਦੇ ਵੱਲੋਂ ਮੈਨੂੰ ਬੁਲਾ ਕੇ ਇਹ ਗੱਲ ਦੱਸੀ ਗਈ ਆ ਕਿ ਤੁਹਾਡੀ ਜਾਨ ਨੂੰ ਖਤਰਾ ਆ। ਤਾਂ ਇਹ ਗੱਲ ਵੀ ਸਪਸ਼ਟ ਹੁੰਦੀ ਆ ਕਿ ਕੈਨੇਡਾ ਦੀਆਂ ਜਿਹੜੀਆਂ ਏਜੰਸੀ ਸੀ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਹਰਦੀਪ ਸਿੰਘ ਨਿੱਜਰ ਜਿਹੜਾ ਆ ਉਹ ਟਾਰਗੇਟ ਆ। ਤੇ ਪਰ ਉਸ ਤੋਂ ਬਾਅਦ ਹਰਦੀਪ ਸਿੰਘ ਨਿੱਜਰ ਜੇ ਉਹਦੀ ਕਿਲਿੰਗ ਹੋਈ ਆ, US ਦੀਆਂ ਏਜੰਸੀ ਜਿਹੜੀਆਂ ਨੇ ਉਹ ਕਾਮਯਾਬ ਰਹੀਆਂ ਇਸ ਪਲੋਟ ਨੂੰ ਸਨੱਬ ਕਰਨ ਦੇ ਵਿੱਚ, ਇਹਨੂੰ ਪਲੋਟ ਨੂੰ ਰੋਕਣ ਦੇ ਵਿੱਚ, ਪਰ ਜਿਹੜੀਆਂ ਕੈਨੇਡਾ ਦੀਆਂ ਏਜੰਸੀ ਨੇ ਉਹ ਫੇਲ ਹੋਈਆਂ। ਤਾਂ ਜਿਸ ਦੇ ਚੱਲਦਿਆਂ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਅਸੈਸੀਨੇਸ਼ਨ ਆ ਉਹ ਜਿਹੜੇ ਜਿਹੜਾ ਉਹਨਾਂ ਦਾ ਪਲੈਨ ਸੀ ਉਹਦੇ ਵਿੱਚ ਉਹ ਕਾਮਯਾਬ ਹੋ ਸਕੇ ਆ। ਤਾਂ ਇਹੀ ਜਿਹੜੀ ਗੱਲ ਤੁਸੀਂ ਮਤਲਬ ਅੱਜ BBC ਦੀ ਜਿਹੜੀ ਰਿਪੋਰਟ ਆ ਉਹ ਬੜੀ ਇੰਪੋਰਟੈਂਟ ਆ। BBC ਨੇ ਜਿਹੜੀ ਰਿਪੋਰਟ ਲਾਈ ਹੈ, ਵਟ US ਏਜੰਟਸ ਨਿਊ ਬਿਫੋਰ ਅ ਸਿੱਖ ਸੈਪਰੇਟਿਸਟ ਵਾਸ ਕਿਲਡ ਇਨ ਕੈਨੇਡਾ, ਇਹ US ਦੇ ਜਿਹੜੇ ਏਜੰਟ ਆ ਉਹਨਾਂ ਨੂੰ ਕੀ ਪਤਾ ਸੀ। ਤਾਂ ਉਹਦੇ ਵਿੱਚ ਕੁਛ ਗੱਲਾਂ ਜਿਹੜੀਆਂ ਬੜੀਆਂ ਅਹਿਮ ਨੇ, ਜਿਹੜੀਆਂ ਕਿ ਕਿਉਂਕਿ ਇਹਨਾਂ ਤੋਂ ਸਾਨੂੰ ਅੰਦਾਜ਼ਾ ਲੱਗ ਸਕਦਾ ਕਿ ਕਿੰਨੀ ਕੁ ਇਨਫੋਰਮੇਸ਼ਨ ਜਿਹੜੀ ਆ ਉਹ ਆ ਚੁੱਕੀ ਸੀ ਇਹਨਾਂ ਅਸੈਸੀਨੇਸ਼ਨਸ ਬਾਰੇ। ਤਾਂ ਉਹਦੇ ਵਿੱਚ ਉਹ ਕਹਿੰਦੇ ਆ ਕਿ ਜਿਹੜਾ ਗੁਪਤਾ ਆ ਉਹਨੇ 18 ਜੂਨ ਨੂੰ ਜਿਹੜੀ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਆ ਅਤੇ ਉਸ ਉਹਨਾਂ ਦੀ ਜਿਹੜੀ ਗੱਡੀ ਦੇ ਵਿੱਚ ਜਿਹੜੀ ਉਹਨਾਂ ਦੀ ਡੈਡ ਬੋਡੀ ਸੀ ਉਹਦੀ ਜਿਹੜੀ ਵੀਡੀਓ ਆ ਉਹ ਜਿਹੜਾ ਅੰਡਰਕਵਰ ਏਜੰਟ ਸੀ ਉਹਨੂੰ ਜਿਹੜੀ ਆ ਉਹ ਸੈਂਡ ਕੀਤੀ ਆ ਜੀ। ਅਤੇ ਉਹਨੂੰ ਇਹ ਗੱਲ ਕਹੀ ਆ ਵੀ ਹੁਣ ਜਿਹੜਾ ਅਸੈਸੀਨੇਸ਼ਨ ਪਲੋਟ ਸਾਡਾ ਨਿਊਯਾਰਕ ਦੇ ਵਿੱਚ ਟਾਰਗੇਟ ਆ ਉਹਨੂੰ ਛੇਤੀ ਤੋਂ ਛੇਤੀ ਜਿਹੜਾ ਆ ਹੁਣ ਸਾਡੇ ਕੋਲ ਟਾਈਮ ਨਹੀਂ ਆ ਆਪਾਂ ਉਹਨੂੰ ਕਲਮੀਨੇਟ ਕਰੀਏ ਇਸ ਪਲੈਨ ਨੂੰ, ਕਿਉਂਕਿ ਇਹ ਜਿਹੜਾ ਟਾਰਗੇਟ ਅਚੀਵ ਹੋਇਆ ਕੈਨੇਡਾ ਵਾਲਾ ਉਹ ਤੀਜਾ ਜਾਂ ਚੌਥਾ ਬੰਦਾ ਸੀ। ਤੇ ਗੁਪਤਾ ਉਹਨਾਂ ਨੂੰ ਇਹ ਵੀ ਗੱਲ ਕਹਿੰਦਾ ਕਿ ਹਜੇ ਸਾਨੂੰ ਬਹੁਤ ਕੰਮ ਨੇ ਕਰਨ ਵਾਲੇ, ਮੋਰ ਜੋਬਸ ਕਿ ਅਸੀਂ ਹਜੇ ਹੋਰ ਬੜੇ ਟਾਰਗੇਟ ਨੇ ਜਿਹੜੇ ਅਚੀਵ ਕਰਨੇ ਆ। ਤੇ ਜਿਹੜਾ ਨਾਲ ਇਹ ਵੀ ਗੱਲ ਜਿਹੜੀ ਉਹਦੀ ਗੱਲਬਾਤ ਦੇ ਵਿੱਚ ਆਉਂਦੀ ਆ ਕਿ ਇਹ ਕੰਮ ਜਿਹੜਾ ਇਹ ਵੀ ਸਾਡੇ ਬੰਦਿਆਂ ਨੇ ਕੀਤਾ ਆ ਤੇ ਇਹ ਕੰਮ ਜਿਹੜਾ ਆ ਇਹ ਪਰ ਉੱਥੇ ਹੋਰ ਬੰਦਿਆਂ ਨੇ ਕੀਤਾ ਆ। ਮਤਲਬ ਜਿਹੜਾ ਹੈਂਡਲਰ ਗੁਪਤੇ ਦਾ ਸੀ ਜ਼ਰੂਰੀ ਨਹੀਂ ਕਿ ਉਹੀ ਹੈਂਡਲਰ ਜਿਹੜਾ ਆ ਉਹ ਭਾਈ ਨਿੱਜਰ ਦੇ ਮਰਡਰ ਲਈ ਵੀ ਹੋਵੇ, ਉਹ ਹੈਂਡਲਰ ਕੋਈ ਹੋਰ ਹੋ ਸਕਦਾ ਆ ਜਿਹੜਾ ਕਿ ਕੈਨੇਡਾ ਦੇ ਵਿੱਚ ਜਿਹੜੇ ਆਪਰੇਸ਼ਨ ਸੀ ਉਹਨਾਂ ਨੂੰ ਲੀਡ ਕਰ ਰਿਹਾ ਸੀ। ਪਰ ਇਹ ਸਾਰੀ ਗੱਲਬਾਤ ਦੇ ਵਿੱਚ ਮਤਲਬ ਇਹ ਗੱਲ ਤਾਂ ਸਪਸ਼ਟ ਹੋ ਰਹੀ ਆ ਕਿ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਆ ਉਹ ਰੋਕਿਆ ਜਾ ਸਕਦਾ ਸੀ, ਉਹਦੇ ਬਾਰੇ ਕਾਫੀ ਇਨਫੋਰਮੇਸ਼ਨ ਸੀ, ਮਤਲਬ ਇਨਫੋਰਮੇਸ਼ਨ ਬੜੀ ਸਟਰੋਂਗ ਸੀ ਜੇ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਘੋਖੀਏ, ਪਰ ਫਿਰ ਵੀ ਜਿਹੜਾ ਆ ਉਹ ਮਰਡਰ ਜਿਹੜਾ ਹੋਇਆ। ਤੇ ਇਸ ਦੇ ਨਾਲ ਜਿਹੜੀ ਹੋਰ ਗੱਲ ਬੜੀ ਇੰਪੋਰਟੈਂਟ ਆ ਕਿ ਜਸਟਿਨ ਟਰੂਡੋ ਜਿਹੜੇ ਆ ਉਹਨਾਂ ਵੱਲੋਂ ਜਿਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਆ ਕੇ ਮਤਲਬ ਇਸ ਦੱਸਿਆ ਗਿਆ ਕਿ ਇੰਡੀਆ ਜਿਹੜਾ ਆ ਉਹਦੇ ਖਿਲਾਫ ਸਾਡੇ ਕੋਲ ਜਿਹੜੇ ਬੜੇ ਸਟਰੋਂਗ ਜਿਹੜੇ ਕ੍ਰੈਡੀਬਲ ਕਹਿ ਸਕਦੇ ਹਾਂ ਐਵੀਡੈਂਸ ਆ, ਐਲੀਗੇਸ਼ਨ ਆ, ਵਰਡਿੰਗ ਦਾ ਹੇਰ ਫੇਰ ਆ, ਪਰ ਕਾਫੀ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਸਟਰੋਂਗ ਸਬੂਤ ਆ ਕਿ ਇੰਡੀਆ ਜਿਹੜੀ ਆ ਉਹ ਡਾਇਰੈਕਟ ਇਨਵੋਲਵਡ ਆ ਇਸ ਮਰਡਰ ਦੇ ਵਿੱਚ। ਪਰ ਉਸ ਤੋਂ ਉਹ ਟਰੂਡੋ ਕਿਉਂ ਆਏ ਆ, ਮਤਲਬ ਉਹ ਵੀ ਬੜਾ ਵੱਡਾ ਸਵਾਲ ਆ, ਕਿਉਂਕਿ ਇਨਫੋਰਮੇਸ਼ਨ ਤਾਂ ਹੁਣ ਇਸ ਰਿਪੋਰਟ ਤੋਂ ਬਾਅਦ ਜਿਹੜੀ US ਦੇ ਵਿੱਚ ਪੇਸ਼ ਹੋਈ ਹੈ ਇਹ ਗੱਲ ਸਪਸ਼ਟ ਹੋ ਗਈ ਆ ਕਿ ਏਜੰਸੀਜ਼ ਨੂੰ ਸਾਰੀ ਇਨਫੋਰਮੇਸ਼ਨ ਸੀ ਕਿ ਇੰਡੀਆ ਕੀ ਕਰ ਰਿਹਾ ਹੈ ਜੀ। ਪਰ ਜਸਟਿਨ ਟਰੂਡੋ ਦੇ ਪਾਰਲੀਮੈਂਟ 'ਚ ਬੋਲਣ ਤੋਂ ਪਹਿਲਾਂ ਇਹ ਇੱਕ ਜਿਹੜੇ ਰਿਪੋਰਟਰ ਸੀ ਆਈ ਥਿੰਕ ਗਲੋਬਲ ਟਾਈਮਸ ਦਾ ਜਿਹੜੇ ਗਲੋਬਲ ਨਿਊਜ਼ ਆ ਉਹਦੇ ਰਿਪੋਰਟਰ ਸੀ ਜਿਨ੍ਹਾਂ ਨੇ ਕਿ ਜਿਨ੍ਹਾਂ ਦੇ ਕੋਲ ਇਹ ਸਬੂਤ ਜਿਨ੍ਹਾਂ ਦੇ ਹੱਥ ਲੱਗ ਗਏ ਸੀ ਕਿ ਇੰਡੀਆ ਜਿਹੜਾ ਆ ਉਹ ਡਾਇਰੈਕਟਲੀ ਇਨਵੋਲਵਡ ਆ ਇਸ ਕਿਲਿੰਗ ਦੇ ਵਿੱਚ, ਭਾਈ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਦੇ ਵਿੱਚ। ਅਤੇ ਉਹਨਾਂ ਨੇ ਜਿਹੜੀ ਇਹ ਇਨਫੋਰਮੇਸ਼ਨ ਆ ਉਹ ਗਵਰਨਮੈਂਟ ਦੇ ਨਾਲ ਸ਼ੇਅਰ ਕੀਤੀ ਕਿ ਤੁਸੀਂ ਇਹਦੇ 'ਤੇ ਆਪਣਾ ਵਰਜਨ ਦਿਓ, ਅਦਰਵਾਈਜ਼ ਅਸੀਂ ਇਹਨੂੰ ਪਬਲਿਕ ਕਰ ਦਾਂਗੇ। ਤਾਂ ਫਿਰ ਉਹਨਾਂ ਨੂੰ ਗਵਰਨਮੈਂਟ ਨੇ ਕੁਛ ਟਾਈਮ ਜਿਹੜਾ ਉਹਨਾਂ ਤੋਂ ਮੰਗਿਆ ਵੀ ਅਸੀਂ ਖੁਦ ਇਹਨੂੰ ਪਬਲਿਕ ਕਰਾਂਗੇ, ਤੁਸੀਂ ਜਿਹੜੀ ਆ ਨਿਊਜ਼ ਨਾ ਰਿਲੀਜ਼ ਕਰੋ। ਤਾਂ ਉਹਨਾਂ ਦੇ ਨਿਊਜ਼ ਰਿਲੀਜ਼ ਕਰਨ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਆ ਕੈਨੇਡਾ ਦੀ ਉਹਦੇ ਵੱਲੋਂ ਇਹ ਪਬਲਿਕ ਕੀਤਾ ਗਿਆ। ਪਰ ਇਹ ਗੱਲ ਤੈਅ ਆ ਵੀ ਜਿਹੜੀਆਂ ਗਵਰਨਮੈਂਟਸ ਨੇ US ਦੀ ਵੀ ਅਤੇ ਕੈਨੇਡਾ ਦੀ ਵੀ ਉਹਨਾਂ ਨੂੰ ਕਾਫੀ ਦੇਰ ਪਹਿਲਾਂ ਤੋਂ
इंडियन गवर्नमेंट दियां जिहड़ियां इह एक्टिविटी सी इंडिया दे एजेंट्स दी जिहड़ी एक्टिविटी सी कैनेडा ते यूएस दे विच उहदे बारे जानकारी सी तां इह गल जो इह जांच हुण तक दी सामने आई आ उह तों स्पष्ट हुंदा है जी बिल्कुल नहीं जिहड़ी तुसीं इह गल कीती है बिल्कुल इहदे तों इह गल सामने आउंदी है ते इत्थे सवाल जिहड़ा एक होर उठदा आ भी जदों डिटेल्स सामने आ रही सी इनवॉल्व सी हालांकि एक गल जरूर हुंदी है भी एजेंसीज़ दियाँ भी वक्रियाँ वक्रियाँ लेयर्स हुंदियाँ ने ते मल्टीपल एजेंसीज़ हुंदियाँ ने या मल्टीपल अदारे हुंदे ने जिहड़े सारे पार्ट दे विच इनवॉल्व हुंदे आ एकदम नहीं हुंदा भी तुसीं कोई चीज़ हो रही है ग्राउंड दे उत्ते ते एकदम ओह इनफॉर्मेशन कित्थे तक पहुँचती है बट एट द सेम टाइम वो इनफॉर्मेशन शेयर जरूर की जाती है हायर ऑफिशियल्स दे नाल ते फिर जिहड़े तुहाडे काउंटर पार्ट होंगे आ जिमें इस मामले दे विच असी अमरीका ते कैनेडा की गल कर रहे हैं इन्हां दी जिहड़ी आपसी कोरिलेशन हैगे आ हुण इत्थे सवाल ये उठता है भी की हरदीप सिंह निज्जर की जिहड़ी असैसिनेशन है उन्हां ते जदों की वह रोकिया जा सकता सी ते जे रोकिया जा सकता सी ते फिर अमरीका वल्लों की इस मामले दे विच थोड़ी बहुत जिहड़ी ढिल है डिले है वह हुई है ये एक इंपोर्टेंट क्वेश्चन है जिदे ते होर डिटेल्स जदों सामने आउणगियां फिर ही कोई कंक्रीट तरीके दे नाल कहा जा सकता है पर अज ये जरूर सवाल उठ रहा है क्योंकि जदों असीं अमरीका दा रिस्पोंस देखते हाँ जदों ईवन हालांकि रॉयटर्स वालों भी ये गल कन्फर्म की गई है होर न्यूयॉर्क टाइम्स वालों भी कि जदों बाइडन अमरीका दे प्रधान G20 मीटिंग दे लई जांदे आ उत्थे वी ए इशू रेज़ किया गया आ नरेंद्र मोदी दे नाल ते ईवन जस्टिन ट्रूडो ने जदों ये गल पब्लिक कीती है बाद दे विच आके कनेडियन हाउस ऑफ कॉमन्स दे विच ते उदों वी कैनेडा वल्लों मतलब बाइडन नूं कॉन्फिडेंस दे विच लिया गया सी बिफोर ये गल पब्लिक कीती जावे सो अमरीका नूं इस गल दा भली भांत पता सी सो इत्थे फिर ये आ जाता भी अमरीका ने डील किवें कीता अमरीका ने जिवें पहला असीं देखते हाँ कि अमरीका ने बड़ी पोलाइटली बड़ा हाथ हौला रख्या भारत दे प्रति कैनेडा ने स्टैंड लिया पर बाइडन एडमिनिस्ट्रेशन ने हाथ हौला रखद्या अमरीका नूं इस हद तक ओह कीता कि जी असीं चाहुंदे हाँ कि तुसीं जिहड़ी है कैनेडा दी इनवेस्टिगेशन दे नाल कोऑपरेट करो जदों भारत ने भारत का जिहड़ा पहला रिस्पोंस सी ओह इही सी कि ये एलीगेशनज अबसर्ड ने ते साडी ये पॉलिसी ही नहीं कि असीं इस किस्म की जिहड़ी कार्रवाई है वह किसी भी मुल्क दे विच जाके करिए हौली हौली अगे वधदियां ज्यों ज्यों डिटेल्स सामने आउंदियां गईयां या होर इन्वेस्टिगेशन थोड़ा जिहा प्रैशर बनता गया फिर जिहड़ा आ अमरीका का रिस्पोंस बदलिया चाहुंदियां तों लैके वह पहुँचे कि जी नहीं जदों एंटनी ब्लिंकन जाते आ भारत के दौरे के उत्ते उत्थे जाके कहिंदे आ ते उत्थे जाके फिर उन्होंने वह किया कि नहीं भारत नूं करना चाहिदा ते करना बनदा ते फिर वह कहिंदे आ मस्ट असीं इस गल तो पिछे नहीं हटांगे फिर वो तो बाद वाइट हाउस के भी बयान आते इस दे उत्ते फिर जिहड़ा अमरीका का जिहड़ा स्टैंड है वह थोड़ा जिहा चेंज होना या सख्त होना शुरू हुंदा सो ये जिहड़ी एक टाइमलाइन है इहदे तो यह गल किते ना किते जाहर हुंदी है या यह गल क्या सराइयां ने इस वक्त के की अमरीका वल्लों भारत नूं एक सॉफ्ट जिहड़ी है पुश दित्ती गई या एक टाइम दिता गया भारत नूं कि भारत इस स्टोरी नूं कटेल कर सके अपने हिसाब नाल उहनूं जिहड़ा आ उहदा जवाब दे सके जिहड़ा कि किसे हद तक उहनां नूं दित्ता नज़र भी आउंदा क्योंकि जदों असीं गुप्ता दा ये देखते हाँ कि उन्होंने चैक रिपब्लिक दे विच फड़िया गया 30 जून नूं ते ये सारियां डिटेल्स उदों ही उहदे तों बाद जिहड़े अमरीका दे अधिकारी ने CIA FBI दे ये दो बारी मतलब गए है भारत दे विच एक बारी अक्तूबर दे विच ते एक बारी उहदे तों पहला भारत दे विच जाके उन्होंने इस मामले दे विच उत्थे दियां एजेंसियां दे नाल ईवन सिद्धी अजीत डोबल दे नाल भी मीटिंग हुई है जिहदे विच उन्होंने ये क्वेश्चन रेज किया आ सो पहला ही भारत नूं जिहड़ा टिप ऑफ दिता गया सी जिहदे ते ये सवाल उठदा भी की ये जाण बुझ के किते ना किते जिहड़े आपसी रिलेशन ने बायोलेटरल टाइज ने उन्हां दे थल्ले की
अमरीका ने यह सारा पार्ट है जिहड़ा वो डिले कीता या अमरीका ने हथ हौला रख्या भारत दे उत्ते तां कि यह भारत नूं जवाब देण दा भी मौका मिले ते वो अपना जिहड़ा बचा है वह कर सकन। हुण भारत दा रिस्पोंस इहदे ते की सी वह असीं जाणदे हां ते वह एक वखरा इशू आ, उहदे बारे की देखदे हो? देखो जिहड़ी गल तुसी ये कर रहे हो कि जिहड़ा US ने जिवें इहनू सारे केस नू डील कीता आ, क्योंकि यह जिहड़ी रिपोर्ट आ सानू तां इसे रिपोर्ट तो पता लग रहा है कि US दे कोल काफ़ी जिहड़ी इनफॉर्मेशन आ वह सारे इस प्लैन के बारे हैगी सी। ते पर हुण यह मसला यह बन जाता है कि एक तो जिहड़ी गल विचारन वाली आ कि इंडिया का रिस्पोंस की आ। इंडिया का रिस्पोंस यह आया कि असी इनवैसटीगेशन टीम फॉर्म कर ली आ, केस मतलब असी जांच करांगे कि इहदे च कौन दोषी आ। US जिहड़ा आ US दी जिहड़ी ऑफिशियल स्टेटमेंट आ, मैनूं लगदा शायद ब्लिंकन दी भी यही भावना है जिहड़ी उहनां दी स्टेटमेंट आ कि उह असैप्ट कर रहे आ इंडिया दे इस रिस्पोंस नूं कि ठीक है इंडिया इनवैसटीगेशन जिहड़ी आ उह कर रहा आ अपने पद्धर ते जिहड़ी कमेटी बना के। पर सिखां दे लई इह गल बड़ी समझण वाली आ कि जो हुण इह हो रिहा इक वार रौला पैण तों बाद कि किते केस नूं सॉफ्ट तां नहीं बनाया जा रहा, क्योंकि जिहड़ा डिस्कोर्स इंडियन मीडिया दे विच खड़ा कीता जा रहा है ये कीता जा रहा है कि जिवें कुछ जिहड़े ऑफिशियल ने उन्होंने सरकार वल्लों नहीं ये कार्रवाई हुई जां प्लैनिंग हुई, ये प्लैनिंग अपने तौर पर कुछ जिहड़े बंदे आ सिस्टम दे विच उन्हां दे वल्लों ये सारी कार्रवाई नूं अंजाम दित्ता गया, मतलब परसनल तौर पर एक काम किया गया, गवर्नमेंट इहदे च इनवॉल्व नहीं आ। इंडिया यह जिहड़ा सारा डिस्कोर्स आ वो स्टैबलिश करन दी कोशिश कर रहा है। तो हुण जिहड़ा जे सारे मामले नूं निखिल गुप्ता दे उत्ते लिया के समेट देना है जां फिर उस एक जिहड़ा कह रहे आ कि गवर्नमेंट एम्पलॉई आ उहदे उत्ते लिया के समेट देना आ, तां फिर शायद जिहड़ी गल मतलब ਇਹਦੀ ਜਿਹੜੀ ਪੋਲੀਟੀਕਲ ਰਮਜ਼ ਆ ਸਾਰੇ ਮਾਮਲੇ ਦੀ ਕਿ ਬੰਦੇ ਮਾਰੇ ਕਿਉਂ ਜਾ ਰਹੇ ਆ ਜੀ, ਮਾਰੇ ਇਸ ਕਰਕੇ ਜਾ ਰਹੇ ਆ ਕਿਉਂਕਿ ਉਹ ਕਿਸੇ ਪਰਸਨੈਲਿਟੀ ਕਿਸੇ ਇੰਡੀਵਿਜੁਅਲ ਦੇ ਖਿਲਾਫ ਆਵਾਜ਼ ਨਹੀਂ ਚੁੱਕ ਰਹੇ, ਉਹਨਾਂ ਦਾ ਡਾਈਸੈਂਟ ਜਾਂ ਉਹਨਾਂ ਦਾ ਪੋਲੀਟੀਕਲ ਓਪੋਜੀਸ਼ਨ ਜਿਹੜੀ ਆ ਉਹ ਕੋਈ ਇੰਡੀਵਿਜੁਅਲ ਨਹੀਂ ਆ, ਉਹਨਾਂ ਦੀ ਪੋਲੀਟੀਕਲ ਓਪੋਜੀਸ਼ਨ ਜਿਹੜੀ ਆ ਉਹ ਇੱਕ ਸਟੇਟ ਆ, ਇੱਕ ਇਸਟੈਬਲਿਸ਼ਮੈਂਟ ਆ, ਅਤੇ ਉਹ ਇਸਟੈਬਲਿਸ਼ਮੈਂਟ ਜਿਹੜੀ ਆ ਉਹ ਆਪਣੇ ਉੱਤੇ ਜਿਹੜੇ ਇਲਜ਼ਾਮ ਲੱਗੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਕਿਵੇਂ ਕਰ ਸਕਦੀ ਆ, ਕਿ ਜਿਹੜਾ ਕਲਪਰੇਟ ਆ ਉਹ ਆਪਣੀ ਇਨਵੈਸਟੀਗੇਸ਼ਨ ਕਿਵੇਂ ਕਰ ਸਕਦਾ। ਤਾਂ ਇਹਦੇ ਲਈ ਕਿਉਂਕਿ ਇਹ ਟਰਾਂਸਨੈਸ਼ਨਲ ਟੈਰਰਿਜ਼ਮ ਦੀ ਗੱਲ ਇਸ ਮਾਮਲੇ 'ਚ ਹੋ ਰਹੀ ਆ, ਤਾਂ ਉਹਦੇ ਲਈ ਇੰਟਰਨੈਸ਼ਨਲ ਲੋਅ ਦੇ ਮੁਤਾਬਕ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਨੇ ਮਤਲਬ ਇਹ ਇੱਕ ਬੜਾ ਵੱਡਾ ਇੱਕ ਸਟਰੋਂਗ ਕੇਸ ਆ ਜਿੱਥੇ ਇੰਡੀਆ ਨੂੰ ਉਹਨਾਂ ਇੰਸਟੀਟਿਊਸ਼ਨਸ ਦੇ ਵਿੱਚ ਇੱਕ ਟੈਰਿਜ ਖੜਾ ਕੀਤਾ ਜਾਣਾ ਚਾਹੀਦਾ ਅਤੇ ਨਾਲ ਉਹ ਸਾਰਾ ਕੇਸ ਖੋਲ੍ਹਿਆ ਜਾਣਾ ਚਾਹੀਦਾ ਜਿਹੜੀ ਅੱਜ ਤੱਕ ਸਿੱਖਾਂ ਦੇ ਨਾਲ ਐਜ਼ ਅ ਇੱਕ ਨੇਸ਼ਨ ਇੰਡੀਆ ਦੇ ਵਿੱਚ ਜੋ ਜਬਰ ਹੋਇਆ ਜ਼ੁਲਮ ਹੋਇਆ, ਕਿਉਂਕਿ ਇਹ ਉਹਦੀ ਕੰਟੀਨਿਊਟੀ ਆ, ਜਿਹੜੇ ਇਹ ਐਕਸ਼ਨਸ ਹੋ ਰਹੇ ਆ ਇਹ ਸਾਰੇ ਉਸ ਜਬਰ ਦੀ ਕੰਟੀਨਿਊਟੀ ਆ, ਅਤੇ ਜਿਹੜਾ ਇਹ ਐਕਸ਼ਨ ਆ ਇਸ ਮਹਿਜ਼ ਇਕੱਲਾ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਦਾ ਨਹੀਂ ਆ, ਇਹ ਤੋਂ ਇਲਾਵਾ ਜਿਹੜੇ ਸਿੱਖ ਐਕਟਿਵਿਸਟ ਜਿਹੜੇ ਚਾਹੇ ਉਹ ਪਾਕਿਸਤਾਨ 'ਚ ਨੇ ਚਾਹੇ ਪੰਜਾਬ ਦੇ ਵਿੱਚ ਆ, ਜਿਹੜੇ ਰੀਸੈਂਟਲੀ ਮਰਡਰ ਹੋਏ ਆ ਜਿਵੇਂ ਦੀਪ ਸਿੱਧੂ ਦਾ ਜਦੋਂ ਹੋਇਆ ਸੀ ਐਕਸੀਡੈਂਟ, ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਮੈਨੂੰ ਲੱਗਦਾ ਯੂਨਾਈਟਿਡ ਨੇਸ਼ਨ ਨੂੰ ਉਹਨਾਂ ਨੇ ਐਲਾਨ ਕੀਤਾ ਸੀ, ਹੁਣ ਆਈ ਡੋਂਟ ਨੋ ਕਿ ਉਹ ਉਹਨਾਂ ਨੇ ਲਿਖਿਆ ਵੀ ਆ, ਪਰ ਉਹ ਯੂਨਾਈਟਿਡ ਨੇਸ਼ਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਕੋਈ ਇੰਟਰਨੈਸ਼ਨਲ ਪ੍ਰੂਫ ਜਿਹੜਾ ਆ ਇਸ ਐਕਸੀਡੈਂਟ ਦਾ ਹੋਵੇ, ਇਸ ਮੌਤ ਦਾ ਹੋਵੇ। ਤਾਂ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦਾ ਕਤਲ ਜਿਵੇਂ ਪੰਜਾਬ 'ਚ ਹੋਇਆ, ਜਾਂ ਫਿਰ ਹੋਰ ਜਿਹੜੇ ਐਕਟਿਵਿਸਟ ਨੇ ਸਿੱਖ ਐਕਟਿਵਿਸਟ ਨੇ ਉਹਨਾਂ ਦੇ ਮਰਡਰ ਹੋਏ ਆ ਪਿਛਲੇ ਟਾਈਮ 'ਚ, ਤਾਂ ਇਹ ਸਾਰੇ ਇੱਕ ਘੜੀ ਦੇ ਨਾਲ ਜੁੜੇ ਆ ਵੀ ਇੱਕ ਪਲੈਨ ਜਿਹੜਾ ਆ ਪੋਲੀਟੀਕਲ ਡਾਈਸੈਂਟ ਪੋਲੀਟੀਕਲ ਓਪੋਜੀਸ਼ਨ ਨੂੰ ਦਬਾਉਣ ਦੇ ਲਈ ਇੱਕ ਵਾਇਲੈਂਸ ਨੂੰ ਜਿਵੇਂ ਯੂਜ਼ ਕੀਤਾ ਜਾ ਰਿਹਾ ਹੈ। ਪਰ ਹੁਣ ਜਿਹੜਾ ਡਿਸਕੋਰਸ ਸਾਰਾ ਇਹਦੇ 'ਤੇ ਸਿਰਜਿਆ ਜਾ ਰਿਹਾ ਕਿ ਇੰਡੀਆ ਨੇ ਜੀ ਇਨਵੈਸਟੀਗੇਸ਼ਨ ਕਮੇਟੀ ਬਣਾ ਲਈ ਆ, ਉਹ ਇਨਵੈਸਟੀਗੇਸ਼ਨ ਕਰਨਗੇ, ਉਹ ਕਾਹਦੀ ਇਨਵੈਸਟੀਗੇਸ਼ਨ ਕਰਨਗੇ? ਅਤੇ ਕੈਨੇਡਾ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਉਹ ਇੱਕ ਬੜਾ ਅਲੱਗ ਵਿਸ਼ਾ ਆ ਜਿਹੜਾ ਸਾਨੂੰ ਡਿਸਕਸ ਕਰਨਾ ਚਾਹੀਦਾ ਕਿ ਜਿਹੜੀ US ਅਤੇ ਇੰਡੀਆ ਦਾ ਰਿਲੇਸ਼ਨ ਆ, ਮਤਲਬ ਜਿਹੜੇ ਇਹਨਾਂ ਦੇ ਚਾਹੇ ਉੱਥੋਂ ਦੇ ਜੀਓਪੋਲੀਟੀਕਲ ਰੀਜ਼ਨਸ ਕਰਕੇ ਹੋਣ ਸਾਊਥ ਏਸ਼ੀਆ ਦੇ ਵਿੱਚ, ਚਾਹੇ ਇਕਨੋਮਿਕਲ ਰੀਜ਼ਨਸ ਹੋਣ ਪੋਲੀਟੀਕਲ ਰੀਜ਼ਨਸ ਹੋਣ, ਜਿਹੜੇ US ਅਤੇ ਇੰਡੀਆ ਦੇ ਰਿਲੇਸ਼ਨ ਆ ਉਹਦੀ ਕੀ ਅਹਿਮੀਅਤ ਆ ਜਾਂ ਉਹਦੀ ਕੀ ਇੰਪੋਰਟੈਂਸ ਆ US ਦੀ ਫੋਰਨ ਪੋਲਿਸੀ ਲਈ ਅੱਜ ਦੇ ਟਾਈਮ
ਜਿਸ ਜਿਹਦਾ ਅਸਰ ਇਸ ਸਾਰੀ ਇਨਵੈਸਟੀਗੇਸ਼ਨ ਦੇ ਉੱਤੇ ਪੈਣਾ ਲਾਜ਼ਮੀ ਆ ਜਾਂ ਇਸ ਕੇਸ ਦੇ ਉੱਤੇ ਪੈਣਾ ਲਾਜ਼ਮੀ ਆ ਤਾਂ ਉਹ ਵੀ ਜ਼ਰੂਰ ਖਿਆਲ ਰੱਖਣਾ ਚਾਹੀਦਾ। ਕਿਉਂਕਿ ਤੁਸੀਂ ਦੇਖੋ ਜਿਹੜਾ ਕੈਨੇਡਾ ਦੇ ਵਿੱਚ ਇੰਡੀਆ ਨੂੰ ਇੰਨੀ ਖੁੱਲ੍ਹ ਕਿਉਂ ਮਿਲੀ, ਮਤਲਬ ਇਹ ਸਮਝਣਾ ਬੜਾ ਜ਼ਰੂਰੀ ਆ ਕਿ ਵੈਸਟ ਦੇ ਬਾਰੇ ਜਿਹੜੀ ਇਹ ਅਪਰੋਚ ਇੰਡੀਆ ਨੇ ਲਈ ਆ ਕਿ ਇੱਥੇ ਆ ਕੇ ਅਤੇ ਇੱਥੇ ਬੰਦੇ ਮਾਰਨੇ। ਤਾਂ ਜਦੋਂ ਜਸਟਿਨ ਟਰੂਡੋ ਜਿਹੜੇ ਆ ਉਹ ਇੰਡੀਆ ਗਏ ਸੀ, ਉਦੋਂ ਜਸਪਾਲ ਅਟਵਾਲ ਜਿਹਨੂੰ ਫਿੱਟ ਕਰਵਾਇਆ ਗਿਆ ਪਹਿਲਾਂ, ਮਤਲਬ ਕਿੱਥੋਂ ਤੱਕ ਇਨਫਿਲਟਰੇਸ਼ਨ ਜਿਹੜੀ ਆ ਸਿਸਟਮ 'ਚ ਕੈਨੇਡੀਅਨ ਸਿਸਟਮ ਦੇ ਵਿੱਚ ਹੋਈ ਹੋਣੀ ਆ, ਅਤੇ ਜਸਪਾਲ ਅਟਵਾਲ ਨੂੰ ਉਸ ਸਾਰੇ ਡੈਲੀਗੇਸ਼ਨ ਦੇ ਵਿੱਚ ਫਿੱਟ ਕਰਵਾਇਆ ਗਿਆ, ਅਤੇ ਫਿਰ ਆਪਣੇ ਆਪ ਹੀ ਉਹਨੂੰ ਇੰਡੀਆ ਪਹੁੰਚਣ 'ਤੇ ਕੱਢ ਕੇ, ਅਤੇ ਫਿਰ ਕਿਵੇਂ ਜਿਹੜਾ ਜਸਟਿਨ ਟਰੂਡੋ ਦਾ ਸਾਰਾ ਉਹ ਟ੍ਰਿਪ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਤੇ ਮਤਲਬ ਹੌਲੀ ਹੌਲੀ ਜਿਹੜਾ ਫਿਰ ਰਿਸਪੋਂਸ ਸੀ ਜਿਹੜਾ ਅਸੀਂ ਦੇਖ ਸਕਦੇ ਹਾਂ ਕਿ ਵੈਸਟ ਦਾ ਸਾਰਾ ਇੰਡੀਆ ਦੇ ਪ੍ਰਤੀ ਉਹ ਬੜਾ ਨਰਮ ਰਿਹਾ। ਤੇ ਉਹ ਨਰਮੀ ਇੱਥੋਂ ਤੱਕ ਹੋਈ ਵੀ ਜਦੋਂ ਨਰਿੰਦਰ ਮੋਦੀ ਜਿਹੜੇ ਆ ਉਹ ਹੁਣ ਰੀਸੈਂਟਲੀ ਵੀ ਆ ਰਹੇ ਸੀ US, ਤੇ ਜਿਵੇਂ ਉਹਨਾਂ ਦਾ ਰੈੱਡ ਕਾਰਪੇਟ ਸਵਾਗਤ ਕੀਤਾ ਗਿਆ ਇਸ ਗੱਲ ਤੋਂ, ਮਤਲਬ ਇਸ ਗੱਲ ਦੇ ਚੱਲਦਿਆਂ ਵੀ ਕਿ ਜਿਹੜੀਆਂ ਹਿਊਮਨ ਰਾਈਟਸ ਔਰਗਨਾਈਜੇਸ਼ਨਸ ਆ ਉਹ ਲਗਾਤਾਰ ਇਹ ਫਲੈਗ ਰੇਜ਼ ਕਰ ਰਹੀਆਂ ਸੀ ਕਿ ਜਿਹੜਾ ਨਰਿੰਦਰ ਮੋਦੀ ਦਾ ਰਜੀਮ ਆ ਉਹ ਮਤਲਬ ਆਟੋਕ੍ਰੈਟਿਕ ਆ, ਉਹ ਹਿਊਮਨ ਰਾਈਟਸ ਵਾਇਲੇਟਰ ਆ ਇਹ, ਤੇ ਉਹਨੂੰ ਜਿਹੜੀ US ਆ ਉਹ ਜਿਹੜੀ ਆਪਣੀ ਸਾਰੀ ਡੈਮੋਕ੍ਰੈਟਿਕ ਵੈਲਿਊਜ਼ ਦੀ ਉਹਦੀ ਪੋਲਿਸੀ ਆ ਉਹਨੂੰ ਛਿੱਕੇ ਟੰਗ ਕੇ ਅਤੇ ਇਹੋ ਜਿਹੇ ਬੰਦੇ ਨੂੰ ਉਹ ਰੈੱਡ ਕਾਰਪੇਟ ਦੇ ਉੱਤੇ ਇਨਵਾਈਟ ਕਰ ਰਹੇ ਆ ਜਿਹਨੂੰ ਕਦੇ ਕਿਸੇ ਟਾਈਮ ਉਹ ਵੀਜ਼ਾ ਵੀ ਦੇਣ ਤੋਂ ਇਨਕਾਰੀ ਸੀ। ਤਾਂ ਮਤਲਬ US ਦੀ ਜਿਹੜੀ ਪੋਲਿਸੀ ਹੈ ਇੰਡੀਆ ਦੇ ਬਾਰੇ ਜਾਂ ਇੰਡੀਆ ਦੇ ਨਾਲ ਰਿਲੇਸ਼ਨਸ ਆ ਜਿਹਦੇ ਚੱਲਦਿਆਂ US ਦਾ ਤੁਸੀਂ ਦੇਖੋ ਵੀ ਮਈ ਤੋਂ ਲਗਭਗ ਮਈ ਜਾਂ ਜੂਨ ਦੀ ਸਟਾਰਟਿੰਗ ਤੋਂ US ਨੂੰ ਇਹ ਗੱਲ ਪਤਾ ਸੀ ਕਿ ਇੰਡੀਆ ਅਟੈਂਪਟ ਕਰ ਰਿਹਾ US ਸੋਇਲ ਦੇ ਉੱਤੇ ਇੱਕ ਕਿਲਿੰਗ ਦਾ, US ਦੇ ਸਿਟੀਜ਼ਨ ਨੂੰ ਦੀ ਕਿਲਿੰਗ ਦਾ, ਜਿਹੜਾ ਕਿ US ਦੀ ਸੋਵਰੈਨਿਟੀ ਨੂੰ ਸਿੱਧਾ ਚੈਲੰਜ ਆ। ਪਰ ਜੇ ਕੋਈ ਹੋਰ ਮੁਲਕ ਕਰਦਾ ਹੁੰਦਾ ਤਾਂ US ਦਾ ਰਿਸਪੋਂਸ ਬਿਲਕੁਲ ਵੱਖਰਾ ਹੁੰਦਾ, ਪਰ ਇੰਡੀਆ ਦੇ ਮਾਮਲੇ ਦੇ ਵਿੱਚ ਜਿਵੇਂ US ਨੇ ਟਾਈਮ ਲਿਆ, ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਸੋਫਟ ਰਵੱਈਆ ਰੱਖਿਆ ਕਿ ਉੱਥੇ ਜਾ ਕੇ ਵੀ ਬਿਹਾਈਂਡ ਦਾ ਡੋਰਸ ਜਿਹੜੀਆਂ ਆ ਉਹ ਕੋਸ਼ਿਸ਼ ਕੀਤੀ ਕਿ ਤੁਸੀਂ ਮਤਲਬ ਜਿਹੜਾ ਹੁਣ ਤੱਕ ਮੀਡੀਆ ਦੇ ਵਿੱਚੋਂ ਵੈਸਟਰਨ ਮੀਡੀਆ ਦੇ ਵਿੱਚੋਂ ਜਿੰਨੀਆਂ ਖਬਰਾਂ ਦੇ ਵਿੱਚੋਂ ਗੱਲ ਸਾਹਮਣੇ ਆ ਰਹੀ ਆ ਕਿ US ਇਹ ਕੋਸ਼ਿਸ਼ ਕਰਦਾ ਰਿਹਾ ਕਿ ਸਾਨੂੰ ਤੁਹਾਡੀ ਇਸ ਹਰਕਤ ਦਾ ਪਤਾ ਲੱਗ ਗਿਆ ਤੇ ਹੁਣ ਆਪਣੇ ਇਸ ਪਲਾਨ ਨੂੰ ਸਮੇਟੋ ਤੇ ਕੋਈ ਇਹੋ ਜਿਹੀ ਹਰਕਤ ਨੂੰ ਅੰਜਾਮ ਨਾ ਦਿਓ ਜੀ। ਮਤਲਬ US ਦੇ ਇਹ ਆ ਵੀ ਇਹ ਗੱਲਾਂ ਕਰਨ ਦੇ ਬਾਵਜੂਦ ਵੀ ਜਿਹੜਾ US ਦਾ ਕੈਨੇਡਾ ਦੇ ਵੱਲੋਂ ਜਨਤਕ ਤੌਰ ਦੇ ਉੱਤੇ ਇਹ ਗੱਲ ਸਾਹਮਣੇ ਲਿਆਉਣ ਦੇ ਬਾਵਜੂਦ ਵੀ ਜਿਹੜਾ ਇੰਡੀਆ ਦਾ ਰਵੱਈਆ ਸੀ ਉਹ ਤੁਸੀਂ ਦੇਖਿਆ ਵੀ ਮਤਲਬ ਉਹ ਬਿਲਕੁਲ ਇਹ ਸੀ ਵੀ ਅਸੀਂ ਪਰਵਾਹ ਨਹੀਂ ਕਰਦੇ, ਤਾਂ ਸ਼ਾਇਦ ਇੰਡੀਆ ਵੀ ਜਿਹੜਾ ਆ ਉਹਨੇ ਬਹੁਤ ਐਰੋਗੈਂਸ ਦਿਖਾਈ ਆ, US ਬੜਾ ਸੋਫਟ ਸੀ, ਪਰ ਹੋ ਸਕਦਾ ਕਿ ਹੁਣ ਜਿਹੜਾ US ਆ ਮਤਲਬ ਉਹਦੀ ਜਿਹੜੀ ਪੋਲਿਸੀ ਆ ਵੀ ਉਹ ਕਿਤੇ ਨਾ ਕਿਤੇ ਮਤਲਬ ਇੱਕ ਹੁੰਦਾ ਕਿ ਤੁਸੀਂ ਕਿੰਨਾ ਸਹਿ ਸਕਦੇ ਹੋ ਜੀ, ਵੀ ਉਹ ਵੀ ਸ਼ਾਇਦ ਲਿਮਿਟ ਕ੍ਰੋਸ ਹੋ ਰਹੀ ਆ, ਤਾਂ US ਨੇ ਰਿਐਕਸ਼ਨ ਦਿੱਤਾ ਆ ਇਹਨੂੰ ਜਿਵੇਂ ਪਬਲਿਕ ਲੈ ਕੇ ਆਏ ਆ ਪਬਲਿਕਲੀ, ਤੇ ਜਿਵੇਂ ਵੈਸਟਰਨ ਮੀਡੀਆ ਨੇ ਇੰਡੀਆ ਦਾ ਜਲੂਸ ਕੱਢਿਆ ਆ ਸਾਰੇ ਪਾਸੇ ਵੀ, ਅੱਜ ਇੰਡੀਆ ਜਿਹੜਾ ਆ ਉਹਦੀ ਜਿਹੜੀ ਇਮੇਜ ਆ ਉਹ ਮਤਲਬ ਪਾਕਿਸਤਾਨ ਦੀ ਇੰਡੀਆ ਨੇ ਇੰਟਰਨੈਸ਼ਨਲ ਲੈਵਲ ਤੇ ਇਮੇਜ ਬਣਾਈ ਸੀ ਕਿ ਪਾਕਿਸਤਾਨ ਟੈਰਰਿਜ਼ਮ ਨੂੰ ਸਪੋਰਟ ਕਰਦਾ ਆ ਜੀ, ਪਾਕਿਸਤਾਨ ਸਟੇਟ ਸਪੋਂਸਰਡ ਵਾਇਲੈਂਟ ਐਕਟੀਵਿਟੀਜ਼ ਕਰਦਾ ਆ ਹੋਰ ਕੰਟਰੀਜ਼ ਦੀ ਟੈਰੀਟਰੀਜ਼ ਦੇ ਵਿੱਚ। ਤਾਂ ਮਤਲਬ ਜਿਹੜਾ ਇੰਡੀਆ ਦਾ ਵੀ ਜਿਹੜੀ ਇਮੇਜ ਆ ਅੱਜ ਉਹ ਇੰਡੀਅਨ ਥਿੰਕਰਸ ਇਹ ਗੱਲ ਕਹਿ ਰਹੇ ਆ ਵੀ ਇੰਡੀਆ ਅੱਜ ਮਤਲਬ ਪਾਕਿਸਤਾਨ ਦੇ ਜਿਹੜਾ ਸ਼ੋਲਡਰ ਟੂ ਸ਼ੋਲਡਰ ਹੋ ਗਿਆ ਇਮੇਜ ਦੇ ਵਿੱਚ ਵੀ ਆ ਦੋ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਵੈਸਟਰਨ ਮੀਡੀਆ ਨੇ ਜੋ ਇੰਡੀਆ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸੱਚ ਆ ਉਹ ਲਿਖਿਆ ਆ ਜਾਂ ਉਹਨੂੰ ਸਾਹਮਣੇ ਲਿਆਂਦਾ, ਤਾਂ ਇਹ ਗੱਲ ਜਿਹੜੀ ਆ। ਪਰ ਅਹਿਮ ਗੱਲ ਇਹੀ ਆ ਵੀ ਸਿੱਖ ਜਿਹੜੇ ਆ ਵੀ ਉਹਨਾਂ ਦਾ ਇੰਟਰਸਟ ਕੀ ਆ, ਸਿੱਖਾਂ ਦਾ ਇੰਟਰਸਟ ਇਹ ਕਲੀਅਰ ਆ ਵੀ ਸਿੱਖ ਜੈਨੋਸਾਈਡ ਤੋਂ ਬਾਅਦ ਆਪਣੇ ਤੋਂ ਬਾਅਦ ਜਿਹੜੇ ਆਪਣੇ ਪੋਲੀਟੀਕਲ ਇੰਟਰਸਟ ਨੇ ਉਹ ਸਿਕਿਓਰ ਕਰਨੇ ਚਾਹੁੰਦੇ ਆ, ਜਿਹਦੇ ਲਈ ਉਹ ਸਾਰੀ ਐਕਟੀਵਿਟੀ ਕਰ ਰਹੇ ਆ, ਚਾਹੇ ਉਹ ਵੈਸਟਰਨ ਕੰਟਰੀਜ਼ ਦੇ ਵਿੱਚ ਨੇ ਚਾਹੇ ਉਹ ਪੰਜਾਬ ਦੇ ਵਿੱਚ ਨੇ। ਅਤੇ ਇੱਕ ਸਿੱਖ ਦਾ ਕਤਲ ਹੋਇਆ ਆ, ਮਤਲਬ ਹੋਰ ਸਿੱਖਾਂ ਦੇ ਜਿਵੇਂ ਅਸੈਸੀਨੇਸ਼ਨ ਪਲੋਟ ਸਾਜਿਸ਼ਾਂ ਘੜੀਆਂ ਗਈਆਂ, ਬਲਕਿ UK ਦੇ ਵਿੱਚ ਵੀ ਜਿਹੜਾ ਅਵਤਾਰ ਸਿੰਘ ਖੰਡਾ ਦਾ ਕਤਲ ਹੋਇਆ ਉਹਦੇ ਰਿਗਾਰਡਿੰਗ ਵੀ ਅਸੀਂ ਦੇਖ ਸਕਦੇ ਹਾਂ ਕਿ ਉੱਥੇ US ਦੇ ਵਿੱਚ ਵੀ ਲੇਬਰ ਪਾਰਟੀ ਦੇ ਕੈਂਪੀ ਨੇ ਸਿੱਖਾਂ ਦੀ ਸੇਫਟੀ ਦਾ ਕੰਸਰਨ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਵੀ ਰੇਸ ਕੀਤਾ ਜੀ। ਤਾਂ ਇਹ ਆ ਵੀ ਜਿਹੜੇ ਸਿੱਖ ਇੰਟਰਸਟ ਨੇ ਜੇ ਉਹ ਸਿੱਖਾਂ ਨੂੰ ਉਹਨੂੰ ਧਿਆਨ 'ਚ ਰੱਖਣਾ ਚਾਹੀਦਾ ਆ, ਅਤੇ ਜਿਹੜੀ ਇਹ ਡਿਪਲੋਮੈਟਿਕ ਟੈਂਸ਼ਨਸ ਨੇ ਵੀ ਉਹ ਮਹਿਜ਼ ਇਕੱਲੇ ਆਪਣੇ ਡਿਪਲੋਮੈਟਿਕ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਡਿਪਲੋਮੈਟਿਕ ਇੰਟਰਸਟ ਤੱਕ ਸੀਮਤ ਨਾ ਰਹਿ ਜਾਣ, ਵੀ ਜਿਹੜੀ ਜੋ ਸ਼ਿਕਾਰ ਹੋਏ ਨੇ ਜਿਹਨਾਂ 'ਤੇ ਜ਼ੁਲਮ ਹੋਇਆ
ਜਿਨ੍ਹਾਂ ਦਾ ਬੰਦਾ ਮਾਰਿਆ ਗਿਆ ਆ ਉਹਨਾਂ ਦੀ ਜਿਹੜੀ ਜਿਹੜੇ ਕੰਸਰਨ ਨੇ ਉਹ ਵੀ ਇਹਦੇ ਵਿੱਚ ਸੈਂਟਰ 'ਚ ਹੋਣੇ ਚਾਹੀਦੇ ਆ। ਅਤੇ ਮੈਨੂੰ ਲੱਗਦਾ ਵੀ ਇਹ ਸਵਾਲ ਵੀ ਵੱਡਾ ਜਿਹੜਾ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਕੈਨੇਡਾ ਦੀ ਗਵਰਨਮੈਂਟ ਜਿਹੜੀ ਆ ਉਹਨੂੰ ਇਹ ਸਵਾਲ ਹੋਣਾ ਚਾਹੀਦਾ ਆ ਕਿ ਜੇ ਜਾਂ ਤਾਂ ਉਹ ਜਨਤਕ ਕਰੇ ਕਿ ਕੀ ਇਨਫੋਰਮੇਸ਼ਨ ਕੀ ਐਵੀਡੈਂਸ ਜਿਹੜੇ ਆ ਲਗਾਤਾਰ ਡਿਮਾਂਡ ਹੋ ਰਹੀ ਆ ਕਿ ਉਹ ਸਾਹਮਣੇ ਲਿਆਉਂਦੇ ਜਾਣ। ਅਤੇ ਦੂਜੀ ਗੱਲ ਇਹ ਆ ਵੀ ਉਹ ਇਹ ਸਵਾਲ ਕੈਨੇਡਾ ਦੀ ਗਵਰਨਮੈਂਟ ਨੂੰ ਜ਼ਰੂਰ ਉੱਠਣਾ ਆ ਕਿ ਜੇ ਇੰਨੀ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਸੀ ਤਾਂ ਹਰਦੀਪ ਸਿੰਘ ਨਿੱਜਰ ਨੂੰ ਦੀ ਸੇਫਟੀ ਜਿਹੜੀ ਆ ਉਹ ਕਿਉਂ ਨਹੀਂ ਕਰ ਪਾਏ ਤੁਸੀਂ? ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਜਿਹੜੀ ਇਹ ਗੱਲ ਹੈਗੀ ਹੈ ਇਹ ਹਜੇ ਸਵਾਲਾਂ ਦੇ ਘੇਰੇ 'ਚ ਹੈ ਵੀ ਅਮਰੀਕਾ ਇੰਨਾ ਸੌਫਟਲੀ ਕਿਉਂ ਚੱਲਿਆ। ਇਹ ਕਿਤੇ ਨਾ ਕਿਤੇ ਜ਼ਰੂਰ ਹੈਗਾ ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਭਾਰਤ ਦੇ ਪ੍ਰਤੀ ਜਿਹੜੇ ਫਾਈਨੈਂਸ਼ੀਅਲ ਇੰਟਰਸਟ ਨੇ, ਜਿਹੜੇ ਬਿਜ਼ਨਸ ਇੰਟਰਸਟ ਨੇ ਜਾਂ ਜਿਹੜੇ ਸਟ੍ਰੈਟੀਜਿਕ ਇੰਟਰਸਟ ਨੇ ਚੀਨ ਦੇ ਹਵਾਲੇ ਨਾਲ, ਚੀਨ ਦੀਆਂ ਸਾਰੀਆਂ ਐਕਟੀਵਿਟੀਜ਼ ਸਾਊਥ ਏਸ਼ੀਆ ਦੇ ਵਿੱਚ ਜਾਂ ਅਦਰਵਾਈਜ਼ ਗਲੋਬਲ ਤੌਰ ਦੇ ਉੱਤੇ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਬੜਾ ਹੀ ਸੌਫਟ ਕਾਰਨਰ ਹੈ ਭਾਰਤ ਦੇ ਪ੍ਰਤੀ ਅਤੇ ਭਾਰਤ ਦੇ ਨਾਲ ਡੀਲਿੰਗ ਦੇ ਵਿੱਚ, ਜਿਹਦੇ ਤੋਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਸਿੱਧੇ ਸਿੱਧੇ ਤੌਰ ਦੇ ਉੱਤੇ ਕਿ ਭਾਰਤ ਇਹੀ ਸਮਝ ਰਿਹਾ ਸੀ ਕਿ ਸਾਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਹੈਗਾ। ਅਤੇ ਈਵਨ ਜਿਹੜਾ ਟਾਈਮ ਦੇਣਾ ਇਹ ਸਾਰੇ ਪਾਰਟ ਨੂੰ ਅਤੇ ਹਰ ਪੁਆਇੰਟ ਦੇ ਉੱਤੇ ਆ ਕੇ ਇੰਟਰਨਲੀ ਜਿਹੜੀਆਂ ਡੀਟੇਲਸ ਹੁਣ ਬਾਹਰ ਆਈਆਂ ਨੇ ਵੀ ਕਿਵੇਂ ਅਮਰੀਕਾ ਦੀ ਏਜੰਸੀਆਂ ਨੇ ਜਿਹੜੀਆਂ ਉਹ ਸਮੇਂ ਸਮੇਂ 'ਤੇ ਭਾਰਤ ਨੂੰ ਕਹਿੰਦੀਆਂ ਰਹੀਆਂ ਕਿ ਵਾਰਨਿੰਗਸ ਦਿੰਦੀਆਂ ਰਹੀਆਂ ਇਸ ਮਾਮਲੇ ਦੇ ਵਿੱਚ, ਉਹ ਵੀ ਕਿਤੇ ਨਾ ਕਿਤੇ ਇਹੀ ਗੱਲ ਦਰਸਾਉਂਦਾ ਕਿ ਇਹ ਇਹੀ ਕਹਿ ਰਹੇ ਸੀ ਵੀ ਸੰਭਲ ਜਾਓ ਸੰਭਲ ਜਾਓ, ਅਤੇ ਮੌਕਾ ਦੇ ਰਹੇ ਸੀ ਕਿ ਕੀ ਇਹ ਜਿਹੜੀ ਇੰਡਾਈਟਮੈਂਟ ਹੁਣ ਜਿਹਦੀਆਂ ਡੀਟੇਲਸ ਬਾਹਰ ਆਈਆਂ ਨੇ ਵੀ ਜੇ ਭਾਰਤ ਢੰਗ ਨਾਲ ਰਿਸਪੋਂਡ ਕਰਦਾ ਜਾਂ ਜਿਹੜੀ ਗੱਲ ਹੈਗੀ ਹੈ ਉਹ ਮੰਨ ਲੈਂਦਾ ਜਾਂ ਕਿਤੇ ਨਾ ਕਿਤੇ ਵਰਕਆਊਟ ਕਰਦਾ ਰਿਲੇਸ਼ਨਸ਼ਿਪ ਦੇ ਵਿੱਚ ਆਪਸੀ ਜਿਹੜੀਆਂ ਡਿਪਲੋਮੈਟਿਕ ਟਾਈਜ਼ ਨੇ, ਅਤੇ ਹੋ ਸਕਦਾ ਇਹ ਇੰਡਾਈਟਮੈਂਟ ਦੇ ਆਉਣ ਤੋਂ ਪਹਿਲਾਂ ਹੀ ਕੋਈ ਨਾ ਕੋਈ ਇਹਨਾਂ ਦਾ ਆਪਸੀ ਜਿਹੜਾ ਰੈਜੋਲਿਊਸ਼ਨ ਹੈ ਜਾਂ ਜਿਹੜੀ ਆਪਸੀ ਅੰਡਰਸਟੈਂਡਿੰਗ ਹੈ ਉਹ ਬਣ ਜਾਂਦੀ ਅਤੇ ਇਹ ਡੀਟੇਲਸ ਸਾਹਮਣੇ ਨਾ ਹੀ ਆਉਂਦੀਆਂ। ਸੋ ਇਹ ਇੱਕ ਜ਼ਰੂਰ ਇਸ ਮਾਮਲੇ ਦੇ ਵਿੱਚ ਦੇਖਣ ਵਾਲੀ ਗੱਲ ਹੈਗੀ ਹੈ। ਅਤੇ ਜਿਹੜੇ ਭਾਰਤ ਅਤੇ ਅਮਰੀਕਾ ਦੇ ਰਿਲੇਸ਼ਨਸ ਨੇ ਇਸ ਬਾਬਤ ਵੀ ਅਸੀਂ ਵਿਚਾਰ ਚਰਚਾ ਕਰਾਂਗੇ ਅਗਲੇ ਸੈਗਮੈਂਟ ਦੇ ਵਿੱਚ। ਮੈਂ ਉਮੀਦ ਕਰਦਾ ਜਿਹੜੇ ਸਾਡੇ ਦਰਸ਼ਕ ਅਤੇ ਵਿਊਅਰਸ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਭਾਰਤ ਅਤੇ ਅਮਰੀਕਾ ਦੇ ਜਿਹੜੇ ਆਪਸੀ ਰਿਲੇਸ਼ਨਸ ਨੇ ਉਹ ਇਸ ਵਕਤ ਕਿੱਥੇ ਖਲੋਤੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਵਿੱਚ ਕੀ ਤਬਦੀਲੀ ਆ ਸਕਦੀ ਹੈ, ਇਸ ਬਾਬਤ ਵਿਚਾਰ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।